ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਅੱਜ ਤੁਹਾਨੂੰ ਮੈਂ ਲੈ ਕੇ ਆਇਆ ਵਾਂ ਕੋਟ ਫਤਿਹ ਖਾਨ। ਕੋਟ ਫਤਿਹ ਖਾਨ ਜਿੱਥੇ ਇਹ ਗੁਰਦੁਆਰਾ, ਖੂਬਸੂਰਤ ਗੁਰਦੁਆਰਾ ਸੀ ਕਦੀ, ਗੁਰਦੁਆਰਾ ਭਾਈ ਥਾਨ ਸਿੰਘ। ਇਸ ਦੀ ਹਿਸਟਰੀ ਅੱਛੀ ਖਾਸੀ ਲੰਬੀ ਹੈ, ਲੇਕਿਨ ਇਹ ਸਥਾਨ ਜਿਹੜਾ 1900 ਦੇ ਵਿੱਚ ਜਿਹੜਾ ਉਹ ਦੁਬਾਰਾ ਨੂੰ ਤਮੀਰ ਕੀਤਾ ਗਿਆ, ਔਰ 1917 ਦੀ, 1907 ਦੀ, 1908 ਦੀ ਸੇਵਾ ਕਰਾਈ ਜਿਹੜੀ ਇਸ ਵਿੱਚ ਮੌਜੂਦ ਹੈ। ਗੁਰਦੁਆਰਾ ਭਾਈ ਥਾਨ ਸਿੰਘ ਔਰ ਸਮਾਧੀ ਭਾਈ ਥਾਨ ਸਿੰਘ। ਪਹਿਲਾ ਗੁਰਦੁਆਰਾ ਦੇਖ ਰਿਹਾ ਵਾਂ ਕਿ ਜਿਸ ਵਿੱਚ ਮੇਨ ਬਿਲਡਿੰਗ ਵਿੱਚ ਪਹਿਲੇ ਸਮਾਧ ਹੈ, ਫਿਰ ਗੁਰਦੁਆਰਾ ਹੈ। ਵਰਨਾ ਪਹਿਲੇ ਜਿਹੜਾ ਹਮੇਸ਼ਾ ਜਿੰਨੀਆਂ ਵੀ ਮੈਂ ਵੀਡੀਓਜ਼ ਜਾਂ ਕੋਈ ਚੀਜ਼ ਦਿਖਾਉਣਾ ਵਾਂ, ਅਗਰ ਉਹਦੇ ਵਿੱਚ ਕੁਛ ਹੈ ਤਾਂ ਉਹ ਪਹਿਲੇ ਗੁਰਦੁਆਰਾ ਹੁੰਦਾ, ਬਾਅਦ ਵਿੱਚ ਸਮਾਧ ਹੁੰਦੀ ਹੈ। ਲੇਕਿਨ ਇਸ ਗੁਰਦੁਆਰੇ ਵਿੱਚ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਪਹਿਲੇ ਸਮਾਧੀਆਂ ਨੇ, ਉਸ ਤੋਂ ਬਾਅਦ ਗੁਰਦੁਆਰਾ ਬਣਿਆ ਹੋਇਆ। ਆਓ ਮੈਂ ਤੁਹਾਨੂੰ ਅੰਦਰ ਲੈ ਚੱਲਣਾ ਵਾਂ। ਮੇਰੇ ਨਾਲ ਅੱਜ ਇਸ ਟ੍ਰਿਪ ਦੇ ਉੱਤੇ ਆਏ ਹੋਏ ਨੇ ਮੇਰੇ ਹਾਰਟੀਕਲਚਰ ਆਫੀਸਰ ਵੀ ਰਹੇ ਨੇ, ਔਰ ਬੜੇ ਅੱਛੇ ਫੋਟੋਗ੍ਰਾਫਰ ਨੇ, ਗਿਜ਼ਵਾਨ ਐਮ ਸ਼ਮਸ਼ਾਦ ਸਾਹਿਬ। ਇਹ ਥੱਲੇ ਇੱਕ ਥੰਮੀ ਦਿੱਤੀ ਗਈ ਹੈ ਕਿ ਗੁਰਦੁਆਰਾ ਥੱਲੇ ਮਹਿਫੂਜ਼ ਰਹੇ। ਔਰ ਇਹ ਦੇਖੋ, ਮੈਂ ਤੁਹਾਨੂੰ ਪਹਿਲੇ ਵੈਸਟ ਸਾਈਡ ਤੋਂ ਦਿਖਾਉਂਦਾ ਵਾਂ ਕਿ ਪਹਿਲੇ ਜਿਹੜਾ ਇੱਥੇ ਮੇਨ ਜਿਹੜੀ ਜਗ੍ਹਾ ਹੈ ਉੱਥੇ ਸਮਾਧੀਆਂ ਨੇ। ਇਹ ਦੇਖੋ, ਇੱਕ ਸੱਜੇ ਪਾਸੇ ਸਮਾਧ ਹੈ, ਇਹ ਦਰਮਿਆਨ ਵਿੱਚ ਟਰੈਡੀਸ਼ਨ ਜਿਹੜਾ ਕਿ ਪੰਜਾਬ ਦਾ, ਵਿੱਚ ਨਮਕ ਰੱਖਿਆ ਹੋਇਆ। ਇਹ ਦੇਖੋ, ਇਹ ਨਮਕ ਹੈ, ਹਰ ਦਰਗਾਹ 'ਤੇ ਮੌਜੂਦ ਹੁੰਦਾ। ਔਰ ਸਟਿਲ ਇਸ ਸਮਾਧੀ ਦੇ ਉੱਤੇ ਜਿਹੜੇ ਨੇ ਇਹ ਸਬਜ਼ ਕੱਪੜਾ ਔਰ ਜਿਹੜੇ ਨੇ ਚਮਕਦਾਰ ਜਿਹੜੀਆਂ ਚੀਜ਼ਾਂ ਨੇ, ਇਸ ਚੀਜ਼ ਦੀਆਂ ਗਵਾਹੀ ਦਿੰਦੀਆਂ ਨੇ ਕਿ ਲੋਕ ਇੱਥੇ ਅੱਜ ਵੀ ਇਸ ਜਗ੍ਹਾ ਦੀ ਜਿਹੜੀ ਉਹ ਥੋੜ੍ਹੀ ਇੱਜ਼ਤ ਕਰਦੇ ਨੇ। ਇੱਥੇ ਅਗਰਬੱਤੀਆਂ ਦਾ ਪੈਕਟ ਵੀ ਪਿਆ ਹੋਇਆ, ਇਹ ਦੇਖੋ, ਕੁਝ ਗੰਦਮ ਦੇ ਦਾਣੇ ਵੀ ਪਏ ਹੋਏ ਨੇ ਅਨਾਜ ਦੇ। ਇਹ ਹੈ ਸਮਾਧੀ ਭਾਈ ਥਾਨ ਸਿੰਘ, ਬਣਵਾਇਆ ਉਹਨਾਂ ਨੇ ਵੀ ਹੁਣ ਵੱਲਾ ਆਲਮ ਉਹੀ ਨੇ ਜਾਂ ਉਹਨਾਂ ਦੇ ਵਿੱਚ ਕੋਈ ਹੋਰ ਹੈ। ਇਹ ਦੇਖੋ ਤੁਸੀਂ, ਇਹ ਸਾਈਡ ਹੈ ਗੁਰਦੁਆਰੇ ਦੀ ਸਮਾਧੀ ਤੋਂ, ਇਹ ਸਾਰਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ। ਇਹ ਗਰਾਊਂਡ ਫਲੋਰ ਹੈ ਔਰ ਇਹ ਫਸਟ ਫਲੋਰ ਹੈ। ਇੱਥੋਂ ਸੀੜੀਆਂ ਅੰਦਰ ਜਾਂਦੀਆਂ ਨੇ ਗੁਰਦੁਆਰੇ ਨੂੰ। ਇਹ ਸੀੜੀਆਂ ਫਸਟ ਫਲੋਰ ਵਾਸਤੇ ਨੇ, ਮੈਂ ਤੁਹਾਨੂੰ ਦਿਖਾਉਣਾ। ਗਿਜ਼ਵਾਨ ਐਮ ਸ਼ਮਸ਼ਾਦ ਸਾਹਿਬ, ਇਹਨਾਂ ਨੂੰ ਵੀ ਫੋਟੋ ਹੰਟਿੰਗ ਦਾ ਬਹੁਤ ਸ਼ੌਕ ਹੈ। ਵੈਸੇ ਤਾਂ ਡਿਫਰੈਂਟ ਪਲੇਸਿਸ ਦੀਆਂ ਕਰਦੇ ਨੇ, ਲੇਕਿਨ ਫਸਟ ਟਾਈਮ ਮੇਰੇ ਨਾਲ ਇੱਕ ਸ਼ੂਟ 'ਤੇ ਆਏ ਨੇ, ਔਰ ਇਹਨਾਂ ਦਾ ਫੋਟੋਗ੍ਰਾਫੀ 'ਚ ਕਾਫੀ ਪੈਸ਼ਨ ਹੈ। ਇਹਨਾਂ ਦਾ ਪੇਜ ਵੀ ਹੈ ਗਿਜ਼ਵਾਨ ਐਮ ਸ਼ਮਸ਼ਾਦ ਫੋਟੋਗ੍ਰਾਫਰ। ਗਾਏ ਬਗਾਏ ਮੈਂ ਇਹਨਾਂ ਦੀਆਂ ਫੋਟੋਆਂ ਸ਼ੇਅਰ ਕਰਦਾ ਰਹਿੰਦਾ ਵਾਂ। ਗਿਜ਼ਵਾਨ ਸਾਹਿਬ, ਕੀ ਹਾਲ ਨੇ ਸਰ? ਖੈਰੀਅਤ? ਕੈਸਾ ਲੱਗਾ? ਬਹੁਤ ਜ਼ਬਰਦਸਤ ਐਕਸਪੀਰੀਅੰਸ ਹੈ ਜੀ, ਹਿਸਟਰੀ ਹੈ ਔਰ ਹਮ ਵੀ ਜਸਟ ਗੋ ਬੈਕ ਇਨ ਟਾਈਮ। ਵੀਰ ਜੀ, ਮੈਂ ਤਾਂ ਰੋਜ਼ ਹੀ ਜਦੋਂ ਕੋਈ ਨਵੀਂ ਜਗ੍ਹਾ 'ਤੇ ਜਾਣਾ, ਮੈਂ ਤਾਂ ਬੜਾ ਚੰਗਾ ਕੰਮ ਕਰਦੇ ਪਏ ਹੋ ਅਤੇ ਇਹ ਸਰ ਮੈਂ ਤੁਹਾਨੂੰ ਅੱਗੇ ਲੈ ਚੱਲਣਾ ਵਾਂ। ਇਹ ਸਮਾਧੀ ਦੇ ਚਾਰੋਂ ਤਰਫ ਚਾਰ ਦਰਵਾਜ਼ੇ ਨੇ, ਜਦਕਿ ਚਾਰ ਦਰਵਾਜ਼ੇ ਜਿਹੜੇ ਨੇ ਉਹ ਸਿਰਫ ਗੁਰਦੁਆਰੇ ਦੇ ਹੁੰਦੇ ਨੇ, ਲੇਕਿਨ ਇਹ ਸਮਾਧੀ ਦੇ ਵੀ ਚਾਰ ਦਰਵਾਜ਼ੇ ਨੇ। ਮੈਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਇਹਦੇ 'ਚ, ਮੇਰੀ ਤੁਸੀਂ ਹੈਲਪ ਕਰਨਾ। ਜਿਹੜੇ ਪੁਰਾਣੇ ਲੋਕ ਨੇ, ਲਾਂਬਾ ਸਾਹਿਬ, ਦੇਸ਼ਪਾਲ ਸਾਹਿਬ, ਤੁਹਾਡੇ ਤੋਂ ਰਿਕੁਐਸਟ ਹੈ, ਦੇਵ ਗੁਰਪ੍ਰੀਤ ਆਨੰਦ ਸਾਹਿਬ, ਅਮਰਦੀਪ ਸਾਹਿਬ, ਇਹ ਸਰਾਊਂਡਿੰਗ ਦਾ ਪੂਰਾ ਬਰਾਮਦਾ ਸਮਾਧੀ ਦਾ, ਔਰ ਇਹ ਜਿਹੜਾ ਮੇਨ ਐਂਟਰੈਂਸ ਸੀ ਜਿਹੜੀ ਉਹ ਇਹ ਸੀ। ਖੰਡਾ ਸਾਹਿਬ, ਗੁਰੂ ਖੰਡਾ, ਵੈਰੀ ਵਿਜ਼ੀਬਲ ਸਟਿਲ, ਵਾਈਟ ਮਾਰਬਲ 'ਚ ਬਣਿਆ ਹੋਇਆ, ਔਰ ਇਹ ਸਕ੍ਰਿਪਟ ਹੈ ਜੋ ਕਿ ਗੁਰਮੁਖੀ ਦੇ ਲਿਖੇ ਹੋਏ ਨੇ। ਇਹ ਜੀ ਮੈਂ ਫਸਟ ਲਾਈਨ ਦਿਖਾਉਣਾ, ਇਹ ਫਸਟ ਲਾਈਨ ਹੈ, ਇਹ ਸੈਕਿੰਡ ਲਾਈਨ ਹੈ,
ਉਸ ਤੋਂ ਇਲਾਵਾ ਕਾਫੀ ਸੇਵਾ ਕਰਾਈ ਹੈ ਉੱਥੇ ਲਿਖੀ ਹੋਈ ਹੈ ਟੌਪ ਦੇ ਉੱਤੇ ਵੀ ਇੱਕ ਓਨਕਾਰ ਤੋਂ ਬਾਅਦ ਇਹਦੇ ਵਿੱਚ ਉਰਦੂ ਸਕ੍ਰਿਪਟ ਵੀ ਹੈ ਇੰਗਲਿਸ਼ ਸਕ੍ਰਿਪਟ ਵੀ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇਹ ਟਹਿਲ ਸੇਵਾ ਕਰਾਈ ਜਿਨ੍ਹਾਂ ਨੇ ਦਾਨ ਕੀਤਾ ਇਸ ਸਮਾਧ ਵਾਸਤੇ ਔਰ ਇਸ ਜਗ੍ਹਾ ਵਾਸਤੇ ਇਹ ਦੇਖੋ ਕੁਛ ਸਕ੍ਰਿਪਟ ਹੈ ਇੱਕ ਚੀਜ਼ ਜਿਹੜੀ ਕਿ ਮੈਂ ਪਹਿਲੇ ਵੀ ਦੱਸ ਚੁੱਕਿਆ ਇਹ ਦੇਖੋ ਤੁਸੀਂ ਇਹ ਮੇਨ ਰਸਤਾ ਹੈ ਮੇਨ ਚੁਕਾਟ ਹੈ ਜਿੱਥੋਂ ਦੀ ਲੰਘ ਕੇ ਅਸੀਂ ਜਿਹੜਾ ਉਹ ਜਾਂਦੇ ਹਾਂ ਇੱਧਰ ਗੁਰਦੁਆਰੇ ਦੇ ਪ੍ਰਕਾਸ਼ ਅਸਥਾਨ ਵੱਲ ਮੈਂ ਕੁਛ ਵੀਰਾਂ ਨੂੰ ਕਿਹਾ ਸੀ ਕਿ ਮੈਂ ਇੰਸ਼ੰਟ ਸਤਿਗੁਰੇ ਜਿਹੜੇ ਨੇ ਮੈਂ ਉਹ ਡਿਸਕਵਰ ਕੀਤੇ ਨੇ ਤਾਂ ਉਹਨਾਂ ਨੇ ਕਿਹਾ ਜੀ ਇਹ ਵਰਡ ਜਿਹੜਾ ਸਤਿਗੁਰੇ ਦਾ ਤਾਂ ਸਿੱਖ ਪੰਥ ਵਿੱਚ ਹੈ ਹੀ ਨਹੀਂ ਹੈ ਨਾ ਸਿੱਖੀ ਵਿੱਚ ਲਫਜ਼ ਯੂਜ਼ ਨਹੀਂ ਹੁੰਦਾ ਲੇਕਿਨ ਇੱਥੇ ਸਾਡੇ ਲੋਕਲ ਪਾਕਿਸਤਾਨ ਦੇ ਅੰਦਰ ਜਿਹੜੇ ਇੰਸ਼ੰਟ ਗੁਰਦੁਆਰੇ ਸਨ ਬਿਲਕੁਲ ਛੋਟੇ ਗੁਰਦੁਆਰੇ ਹੁੰਦੇ ਸਨ ਜਿੱਥੇ ਪਾਪੂਲੇਸ਼ਨ ਬਹੁਤ ਕਮ ਹੁੰਦੀ ਸੀ ਉੱਥੇ ਸਤਿਗੁਰੇ ਬਣਾਏ ਜਾਂਦੇ ਸਨ ਮੈਂ ਪਹਿਲੇ ਵੀ ਕਿਹਾ ਸੀ ਮੈਂ ਹੁਣ ਵੀ ਕਹਿੰਦਾ ਵਾਂ ਇਹ ਦੇਖੋ ਇਹ ਜਗ੍ਹਾ ਜਿਹੜੀ ਹੈ ਇਸ ਦੇ ਅੰਦਰ ਬਾਕਾਇਦਾ ਤੌਰ ਦੇ ਉੱਤੇ ਪੂਰੀ ਜਿਹੜੀ ਹੈ ਫਰੈਸਕੋ ਵਰਕ ਹੈ ਚਿੱਤਰਕਾਰੀ ਹੋਈ ਹੋਈ ਹੈ ਇਹ ਮਹਾਨ ਦੇ ਬੈਠਣ ਦੀ ਜਗ੍ਹਾ ਮੈਂ ਥੋੜ੍ਹੀ ਜਿੰਨੀ ਚਿੱਤਰਕਾਰੀ 'ਤੇ ਤੁਹਾਨੂੰ ਮੈਂ ਰੋਸ਼ਨੀ ਪਾਉਂਦਾ ਜਾਵਾਂ ਕੁਝ ਲੋਕ ਕਹਿੰਦੇ ਸੀ ਕਿ ਟੈਂਪਲ ਹੈ ਇਹ ਟੈਂਪਲ ਨਹੀਂ ਹੈ ਇਹ ਦੇਖੋ ਬਾਬਾ ਗੁਰੂ ਨਾਨਕ ਸਾਹਿਬ ਬਾਬਾ ਮਰਦਾਨਾ ਠੀਕ ਹੈ ਜੀ ਮੈਂ ਜਿਹੜਾ ਇਸ ਚਿੱਤਰਕਾਰੀ ਦਾ ਤੁਹਾਨੂੰ ਮੈਂ ਬਾਬਾ ਗੁਰੂ ਨਾਨਕ ਤੋਂ ਬਾਅਦ ਰਾਈਟ ਸਾਈਡ ਦੇ ਉੱਤੇ ਤੁਸੀਂ ਇਹ ਥਰਡ ਪਿਕਚਰ ਇਹ ਫੋਰਥ ਹੈ ਫੋਕਸ ਆਊਟ ਹੋ ਗਿਆ ਫੋਰ ਤੋਂ ਬਾਅਦ ਹੈ ਫਿਫਥ ਹੈ ਇਹ ਸਿਕਸ ਹੈ ਜੀ ਔਰ ਇਹ ਸੈਵਨ ਹੈ ਜਿਹੜੇ ਮੇਰੇ ਪੇਜ ਨੂੰ ਦੇਖਦੇ ਨੇ ਉਹਨਾਂ ਲੋਕਾਂ ਨੂੰ ਪਤਾ ਹੋਏਗਾ ਕਿ ਮੈਂ ਬਾਰ ਬਾਰ ਇੱਕ ਗੱਲ 'ਤੇ ਇਨਸਿਸਟ ਕਰ ਰਿਹਾ ਵਾਂ ਸਤਿਗੁਰਾਂ ਠੀਕ ਹੈ ਜੀ ਸੈਵਨ ਪੇਂਟਿੰਗਸ ਨੇ ਸਤਿਗੁਰੂ ਨੇ ਇਹਦੇ 'ਚ ਠੀਕ ਹੈ ਜੀ ਬਾਕੀ ਮੈਨੂੰ ਇਲਮ ਤੁਸੀਂ ਮੈਨੂੰ ਗਾਈਡ ਕਰਿਓ ਇਸ ਵਿੱਚ ਮੈਂ ਇਸ ਬਾਰੇ ਕੋਈ ਖਾਸ ਨਹੀਂ ਜਾਣਦਾ ਇਹ ਦੇਖੋ ਜੀ ਇਹ ਸ਼ਿਵ ਜੀ ਦਾ ਤਰਸ਼ੂਲ ਔਰ ਹੈ ਸਾਰਾ ਜਿਹੜਾ ਇਹਦਾ ਵਾਲ ਫਰੈਸਕੋ ਦੀ ਡਿਟੇਲ ਹੈ ਉਸ ਤੋਂ ਬਾਅਦ ਹੈ ਮਾਂ ਸ਼ੇਰਾ ਵਾਲੀ ਹੈ ਔਰ ਫਿਰ ਆ ਜਾਂਦਾ ਇਹ ਗੱਲ ਬਣ ਕਿਸੀ ਗੁਰੂ ਜੀ ਦੀ ਤਸਵੀਰ ਹੈ ਘੋੜਾ ਵੀ ਇਹਦੇ ਵਿੱਚ ਔਰ ਬਕਾਇਆ ਤੌਰ ਦੇ ਉੱਤੇ ਇਹ ਨਾਮ ਦੇਖੋ ਸ਼ਾਇਦ ਔਰ ਇਹਨਾਂ ਦੇ ਮੁਤਲਕ ਵੀ ਮੈਨੂੰ ਨਹੀਂ ਪਤਾ ਕੁਛ ਵੀ ਇਹ ਕੁਝ ਲਿਖਿਆ ਹੋਇਆ ਉਹ ਦੇਖੋ ਹੁਣ ਉਸ ਤੋਂ ਬਾਅਦ ਇਹ ਵਾਲ ਫਰੈਸਕੋ ਹੈ ਅੱਛਾ ਜੀ ਉੱਤੇ ਕੁਛ ਹੋਰ ਵੀ ਡਿਫਰੈਂਟ ਟਾਈਪ ਦੀਆਂ ਕੋਈ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਚਿੱਤਰਕਾਰੀ ਹੋਈ ਹੋਈ ਹੈ ਇਹ ਉੱਤੇ ਮੈਨੂੰ ਨਹੀਂ ਸਮਝ ਆ ਰਹੀ ਹੈ ਇਹ ਹਿੰਦੂ ਟੈਂਪਲਸ ਦੇ ਵਿੱਚ ਵੀ ਸੀ ਔਰ ਇੱਥੇ ਵੀ ਮੌਜੂਦ ਹੈ ਅਗਰ ਇਹ ਮੰਦਿਰ ਹੋਵੇ ਤਾਂ ਇਹਦੇ ਅੰਦਰ ਇੱਕ ਅਸਥਾਨ ਹੋਵੇ ਜਿਹਦੇ 'ਤੇ ਮੂਰਤੀ ਰੱਖੀ ਜਾਂਦੀ ਹੈ ਲੇਕਿਨ ਇਸ ਦੇ ਅੰਦਰ ਉਹੀ ਜਿਹੜੇ ਕਿ ਮੈਂ ਪਹਿਲੇ ਕਿਹਾ ਸੀ ਮੈਂ ਹੁਣ ਵੀ ਉਸ ਗੱਲ ਦੇ ਉੱਤੇ ਅੜਿਆ ਹੋਇਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਦਰ ਬੰਦ ਔਰ ਇੱਕ ਦਰ ਖੁੱਲ੍ਹਾ ਸਤਿਗੁਰਾਂ
ठीक है जी। वाल फ्रेस्को थोड़ा जिन्हें अगर प्रिपेयर किया जाए तो अब बहुत खूबसूरत है। सेव हिस्टोरिकल प्लेसेस ऑफ द पाकिस्तान, मैं थोड़ा अपना होस्ट बाबा जी, आओ मैं थानू लै चलना वा। जिहड़ा कि कदे एंट्रेंस हुंदी सी इस गुरुद्वारे दी, ये बहुत ज़्यादा सारे जान लगे किकरियां निकलियां हुई ना, जिदी वजह नाल मैं थानू पूरा नहीं दिखा पा रहा। मैं थानू गुरुद्वारे दे अंदर लै चलना वा। हाँ हाँ 1917। हाँ बिल्कुल, ए देखो ए उर्दू स्क्रिप्ट है लिखा हुआ इस दरवाजे दी। आज टहल सेवा करवाई लाला लाला राम शाह, वो फकीर चंद, वो प्रेमदास खेड़ा, हसन अब्दाल, जिला अटक, 13 मई 1917 नू इस सेवा कराई गई है। उस तो बाद जी एक गुरमुखी दे सेवा करवाई, एक ओंकार तो बाद अगे। और हाँ यह देखो तुसी ये बड़ी कोई थोड़ी जिनी मैनू डिफरेंट नज़र आ रहा है, ओम दिस गेट ₹750 डेडिकेटेड बाय लाला राम शाह। एल फकीर चंद प्रेम दास खेड़ा हसन अब्दाल जी, उही जो मैं थानू अगे उर्दू विच दस्या उही है। ये दरवाज़ा जड़ा है समाध दा और गुरुद्वारे दा जड़ा है ये हिंदू फैमिली ने तमीर करवाया है। तो मैं हुण थानू दिखांदा चलां गुरुद्वारे दा स्ट्रक्चर जड़ा कि बहुत खस्ता हालत विच है। मैं फस्ट फ्लोर वल लै जाना या पहले मैं थानू गुरुद्वारे दे हाल विच लै जाना वा। ਇਹ ਜੀ ਗੁਰਦੁਆਰੇ ਦਾ ਮੇਨ ਹਾਲ ਹੈ, ਪਿੰਡ ਦੀ ਮੁਨਾਸਬਤ ਦੇ ਨਾਲ ਛੋਟਾ ਹੀ ਜਗ੍ਹਾ ਸੀ ਇਸ ਲਈ ਇੱਥੇ ਛੋਟਾ ਗੁਰਦੁਆਰਾ ਬਣਾਇਆ ਗਿਆ ਸੀ। ਇਸ ਦਾ ਗਰਾਊਂਡ ਫਲੋਰ ਮੈਂ ਤੁਹਾਨੂੰ ਦਿਖਾ ਰਿਹਾ ਔਰ ਇਹ ਫਸਟ ਫਲੋਰ, ਇਹ ਦੇਖੋ ਬਾਕੀ ਗੁਰਦੁਆਰਿਆਂ ਦੀ ਤਰ੍ਹਾਂ ਫਸਟ ਫਲੋਰ ਦੇ ਉੱਤੇ ਲੱਕੜੀ ਦੀ ਪੂਰੀ ਰੇਲਿੰਗ ਉੱਤੇ ਚੱਲ ਰਹੀ ਹੈ ਔਰ ਇਹ ਸੁੱਖ ਆਸਨ ਹੈ। ਇਹ ਜਗ੍ਹਾ ਐਜ਼ ਅ ਸੁੱਖ ਆਸਨ ਯੂਜ਼ ਹੁੰਦੀ ਸੀ ਕਦੇ, ਜਿਹੜੀ ਕਿ ਬਹੁਤ ਖਸਤਾ ਹਾਲਤ ਵਿੱਚ ਹੈ। ਇੱਕ ਡਿਊਟੀ ਜੀ ਹੈ ਬਸ, ਗਲਬਨ ਕੋਈ ਗਰਾਊਂਡ ਫਲੋਰ ਤਾਂ ਨਹੀਂ ਹੈ ਇਸਦਾ। ਹਾਂ ਨਹੀਂ ਜੀ ਗਰਾਊਂਡ ਫਲੋਰ ਨਹੀਂ ਹੈ, ਕੋਈ ਵੀ ਅੰਡਰਗਰਾਊਂਡ ਨਹੀਂ ਹੈ ਕੋਈ ਵੀ। ਸੋਰੀ ਮੈਂ ਤੁਹਾਨੂੰ ਉੱਤੇ ਲੈ ਜਾਵਾਂ। ਥੋੜ੍ਹਾ ਜਿੰਨਾ ਮੁਸ਼ਕਿਲ ਹੈ ਤੂੰ ਉੱਤੇ ਚੜ੍ਹਨਾ। ਮੈਂ ਅੱਜ ਤੁਹਾਨੂੰ ਦਿਖਾ ਰਿਹਾ ਵਾਂ ਗੁਰਦੁਆਰਾ ਬਾਈ ਥਾਨ ਸਿੰਘ ਔਰ ਸਮਾਧੀ ਬਾਈ ਥਾਨ ਸਿੰਘ। ਇਹ ਦੇਖੋ ਤੁਸੀਂ ਇਹ ਗੁਰਦੁਆਰਾ ਸਾਹਿਬ ਦਾ ਅੰਦਰ ਨਹੀਂ ਮੰਜ਼ਰ ਹੈ। ਮੈਂ ਅੱਜ ਆਇਆ ਵਾਂ ਕੋਟ ਫਤਿਹ ਖਾਨ, ਅਤੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਗੁਰਦੁਆਰਾ ਬਾਈ ਥਾਨ ਸਿੰਘ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲ ਆਫ ਦੀ ਪਾਕਿਸਤਾਨ, ਹੈਰੀਟੇਜ ਪੇਜ, ਹੈਰੀਟੇਜ ਆਫ ਦੀ ਪਾਕਿਸਤਾਨ ਐਂਡ ਪੰਜਾਬ ਪੇਜ। ਇਹ ਮੈਂ ਆ ਗਿਆ ਛੱਤ 'ਤੇ, ਇਹ ਛੱਤ ਦੀ ਬਾਰਾਦਰੀ ਹੈ ਜੋ ਕਿ ਸਾਡੇ ਇੱਥੇ ਹਰ ਪੁਰਾਣੇ ਗੁਰਦੁਆਰੇ ਦੇ ਉੱਤੇ ਬਾਰਾਦਰੀ ਬਣੀ ਹੋਈ ਹੈ। ਇਹ ਦੇਖੋ ਇਹ ਸਮਾਧੀ ਦਾ ਗੁੰਬਦ ਹੈ, ਫਿਰ ਉਸ ਤੋਂ ਬਾਅਦ ਉੱਤੇ ਵੱਡਾ ਗੁੰਬਦ ਹੈ। ਇਹ ਗੁਰਦੁਆਰੇ ਦੇ ਰੋਸ਼ਨਦਾਨ, ਇਹ ਸਰਾਊਂਡਿੰਗ ਵਿੱਚ ਬਿਖਰੀ ਹੋਈ ਸਾਰੀ ਜ਼ਮੀਨ ਅੱਜ ਵੀ ਗੁਰਦੁਆਰੇ ਦੇ ਨਾਮ 'ਤੇ ਹੀ ਹੈ, ਸਮਾਧੀ ਦੇ ਨਾਮ 'ਤੇ ਹੈ। ਇਹ ਉਹ ਸਤਿਗੁਰਾਂ ਜਿਹਦੇ ਅੰਦਰ ਪ੍ਰਕਾਸ਼ ਸਥਾਨ ਵੀ ਹੈ
ਜੋ ਅਲੋਪ ਹੋ ਚੁੱਕਿਆ ਹੁਣ, ਜਿਹਦੇ ਅੰਦਰ ਮੈਂ ਤੁਹਾਨੂੰ ਕਾਫੀ ਡਿਟੇਲ ਦੱਸੀ ਇਹਦੀ। ਔਰ ਇਹ ਚਾਰ ਦਰ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ, ਮੈਂ ਤੁਹਾਨੂੰ ਟੋਪ ਫਲੋਰ ਤੋਂ ਥੋੜ੍ਹਾ ਜਿਹਾ ਮੰਜ਼ਰ ਦਿਖਾਉਣਾ ਵਾਂ। ਇਹ ਸਰਾਊਂਡਿੰਗ ਦਾ ਏਰੀਆ ਗੁਰਦੁਆਰਾ ਭਾਈ ਥਾਨ ਸਿੰਘ। ਮੈਂ ਸਭ ਤੋਂ ਟੋਪ 'ਤੇ ਆ ਗਿਆ। ਇਹ ਦੇਖੋ ਤੁਸੀਂ, ਛੱਤ ਤੋਂ ਚੜ੍ਹ ਕੇ ਇਹ ਤੁਹਾਨੂੰ ਮੈਂ ਦਿਖਾ ਰਿਹਾ ਗੁਰਦੁਆਰੇ ਦਾ ਸਰਾਊਂਡਿੰਗ। ਇਹ ਹੈ ਜਗ੍ਹਾ ਕੋਟ ਫਤਿਹ ਖਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਨੇ ਕੁਛ ਬਹੁਤ ਤਾਰੀਖੀ ਘਰ ਨੇ, ਪੁਰਾਣੇ ਸਿੱਖ ਦੌਰ ਦੇ ਬਣੇ ਨੇ। ਇਹ ਬਹੁਤ ਪਿਆਰੀ ਮਸਜਿਦ ਹੈ, ਸੇਮ ਟਾਈਮ ਦੀ ਹੈ। ਇੱਥੇ ਮਤਲਬ ਕਿ ਮੁਸਲਿਮ ਔਰ ਸਿੱਖ ਕਮਿਊਨਿਟੀ ਜ਼ਿਆਦਾ ਸੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ। ਅੱਜ ਦਾ ਦਿਨ ਕੋਟ ਫਤਿਹ ਖਾਨ ਦੇ ਨਾਮ ਮੇਰੇ ਦੋਸਤ ਦੇਸ਼ ਪਾਲ ਸਾਹਿਬ, ਸੁਭਾਸ਼ ਡੁਬਰਾ ਸਾਹਿਬ, ਅਮਰਦੀਪ ਸਾਹਿਬ, ਗੁਰਪ੍ਰੀਤ ਸਾਹਿਬ, ਤਮਾਮ ਉਹਨਾਂ ਦੋਸਤਾਂ ਦੇ ਨਾਮ ਜਿਨ੍ਹਾਂ ਦਾ ਇਸ ਮਿੱਟੀ ਨਾਲ ਤਲਕ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲ ਆਫ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।